ਪਰਮ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਪਾਂ ਹੁਣ ਤੱਕ ਧੰਨ ਸਤਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਆਸਾ ਦੀ ਵਾਰ ਛੰਤਾਂ ਸ਼ਲੋਕਾਂ ਦੇ ਸਮੇਤ ਨੌ ਪੌੜੀਆਂ ਦੀ ਸੰਥਿਆ ਕਰ ਚੁੱਕੇ ਹਾਂ ਅੱਜ ਆਪਾਂ ਦਸਵੀਂ ਪੌੜੀ ਦੀ ਸੰਥਿਆ ਕਰਾਂਗੇ ਤੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿਵੇਂ ਆਪਜੀ ਪਿੱਛੇ ਪਿਆਰ ਦੇ ਨਾਲ ਹਰ ਇੱਕ ਵੀਡੀਓ ਨੂੰ ਘੱਟੋ ਘੱਟ 25 ਵਾਰ ਰਿਪੀਟ ਕਰ ਕਰਕੇ ਦੇਖ ਕੇ ਸੁਣ ਕੇ ਗੁਰਬਾਣੀ ਦਾ ਪਾਠ ਸ਼ੁੱਧ ਕੀਤਾ ਹੈ ਇਸੇ ਪ੍ਰਕਾਰ ਇਸ ਵੀਡੀਓ ਨੂੰ ਵੀ ਘੱਟੋ ਘੱਟ 25 ਵਾਰ ਸੁਣ ਕੇ ਸੰਥਿਆ ਨੂੰ ਪਕਾਓਗੇ ਤੋ ਆਓ ਬੜੇ ਪਿਆਰ ਦੇ ਨਾਲ ਅੱਗੇ ਬਾਣੀ ਆਰੰਭ ਕਰੀਏ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਸੱਚ ਸਾਹ ਹਮਾਰਾ ਤੂੰ ਧਣੀ ਸਭ ਜਗਤ ਬਣਜਾਰਾ RAM ਰਾਜੇ ਸਭ ਭਾਂਡੇ ਤੁਧੈ ਸਾਜਿਆ ਵਿੱਚ ਵਸਤ ਹਰ ਥਾਰਾ ਸੱਚ ਸਾਹ ਹਮਾਰਾ ਤੂੰ ਧਣੀ ਸਭ ਜਗਤ ਬਣਜਾਰਾ RAM ਰਾਜੇ ਸਭ ਭਾਂਡੇ ਤੁਧੈ ਸਾਜਿਆ ਵਿੱਚ ਵਸਤ ਹਰ ਥਾਰਾ ਜੋ ਪਾਵਹਿ ਭਾਂਡੇ ਵਿੱਚ ਵਸਤ ਸਾਹ ਨਿਕਲੈ ਕਿਆ ਕੋਈ ਕਰੇ ਵਿਚਾਰਾ ਜਨ ਨਾਨਕ ਕਾਓ ਹਰ ਬਖਸ਼ਿਆ ਹਰ ਭਗਤ ਪੰਡਾਰਾ ਸ਼ਲੋਕ ਮਹੱਲਾ ਪਹਿਲਾ ਊੜ ਰਾਜਾ ਊੜ ਪਰਜਾ ਊੜ ਸਭ ਸੰਸਾਰ ਊੜ ਮੰਡਪ ਊੜ ਮਾੜੀ ਊੜ ਬੈਸਣਹਾਰ ਊੜ ਸੋਇਨਾ ਊੜ ਰੂਪਾ ਊੜ ਪਹਿਨਣਹਾਰ ਊੜ ਕਾਇਆ ਊੜ ਕੱਪੜ ਊੜ ਰੂਪ ਅਪਾਰ ਕੂੜ মিয়া ਕੂੜ ਬੀਬੀ ਖੱਪ ਹੋਏ ਖਾਰ ਕੂੜ ਕੂੜੇ ਨੇਹੋ ਲੱਗਾ ਵਿਸਰਿਆ ਕਰਤਾਰ ਇਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ ਕੂੜ ਮਿੱਠਾ ਕੂੜ ਮੱਖਿਓ ਕੂੜ ਡੋਬੇ ਪੂਰ ਨਾਨਕ ਵਖਾਣੈ ਬੇਨਤੀ ਤੁਧ ਬਾਜ ਕੂੜੋ ਕੂੜ ਮਹੱਲਾ ਪਹਿਲਾ ਸੱਚ ਤਾਂ ਪਰ ਜਾਣੀ ਐ ਜਾ ਹਿਰਦੈ ਸੱਚਾ ਹੋਈ ਊੜ ਕੀ ਮਲ ਉੱਤਰੈ ਤਨ ਕਰੇ ਹੱਛਾ ਧੋਏ ਸੱਚ ਤਾ ਪਰ ਜਾਣੀਐ ਜਾ ਸੱਚ ਧਰੇ ਪਿਆਰ ਨਾਉ ਸੁਣ ਮਨ ਰਹਿਸੀਐ ਤਾ ਪਾਏ ਮੋਕ ਦੁਆਰ ਸੱਚ ਤਾ ਪਰ ਜਾਣੀਐ ਜਾ ਜੁਗਤ ਜਾਣੈ ਜੀਉ ਧਰਤ ਕਾਇਆ ਸਾਧਕੈ ਵਿੱਚ ਦੇ ਕਰਤਾ ਬੀਉ ਸੱਚ ਤਾਂ ਪਰ ਜਾਣੀਐ ਜਹ ਸਿੱਖ ਸੱਚੀ ਲੇ ਦਇਆ ਜਾਣੈ ਜੀ ਕੀ ਕਿਛ ਪੁੰਨ দান ਕਰੇ ਸੱਚ ਤਾਂ ਪਰ ਜਾਣੀਐ ਜਹ ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੋ ਪੁੱਛ ਕੈ ਬਹਿ ਰਹੇ ਕਰੇ ਨਿਵਾਸ ਸਤਿਗੁਰੂ ਨੋ ਪੁੱਛ ਕੈ ਬਹਿ ਰਹੇ ਕਰੇ ਨਿਵਾਸ ਸੱਚ ਸਭ ਨਾ ਹੋਏ ਦਾਰੂ ਪਾਪ ਕੱਢੈ ਧੋਏ ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲਾ ਹੋਏ ਪੌੜੀ ਦਾਨ ਮਹਿੰਡਾ ਤਲੀ ਖਾਕ ਜੇ ਮਿਲੈ ਤਬ ਮਸਤਕ ਲਾਈਐ ਊੜਾ ਲਾਲ ਚ ਛੱਡੀਐ ਓਏ ਇੱਕ ਮਨ ਅਲਖ ਧਾਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੂਰਵ ਲਿਖਿਆ ਤਾਂ ਧੂੜ ਤਿਨਾ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਜੇ ਹੋਵੇ ਪੂਰਵ ਲਿਖਿਆ ਤਾਂ ਧੂੜ ਤਿਨਾ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਮਤ ਥੋੜੀ ਸੇਵ ਗਵਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ